ਅਸੀਂ ਡਿਫਰੈਂਟ ਟਾਈਪਸ ਆਫ ਟੂਲਸ ਬਣਾਉਂਦੇ ਹਾਂ ਜੋ ਕਿ ਆਲ ਓਵਰ ਇੰਡੀਆ 'ਤੇ ਐਕਸਪੋਰਟ ਕਰਦੇ ਹਾਂ ਅਤੇ ਸਾਡਾ ਟ੍ਰੇਡਮਾਰਕ ਬੇਸਿਕਲੀ ਪੈਰੈਂਟਲ ਪਾਈ ਹੈਂਡ ਟੂਲਸ ਹੈ ਜਿਹੜਾ ਕਿ ਅਸੀਂ ਗ੍ਰੈਂਡ ਫਾਦਰ ਦੇ ਟਾਈਮ ਦਾ ਚਲਾ ਰਹੇ ਹਾਂ ਸਾਡਾ ਬੈਕਗਰਾਊਂਡ ਤਾਂ 1965 ਤੋਂ ਹੈ ਪਰ ਅਸੀਂ ਇਹ ਬ੍ਰੈਂਡ 2011 'ਚ ਸਟਾਰਟ ਕੀਤਾ ਸੀਗਾ ਅਤੇ ਜਿਹਦਾ ਕਿ 10 ਸਾਲ ਦੇ ਵਿੱਚ ਬਹੁਤ ਅੱਛਾ ਰਿਸਪੋਂਸ ਆ ਰਿਹਾ ਅਤੇ ਆਲ ਓਵਰ ਵਰਲਡ ਦੇ ਵਿੱਚ ਅਸੀਂ ਬਿਜ਼ਨਸ ਕਰ ਰਹੇ ਹਾਂ ਸਾਡੇ ਸਕੂ ਡਰਾਈਵਰਸ ਬਹੁਤ ਫੇਮਸ ਹੈ ਅਸੀਂ 400 ਅਬਵ ਸਾਈਜ਼ ਅਤੇ ਕਲਰਸ ਬਣਾਈਦੇ ਹੈ ਜਿਹਦਾ ਕਿ ਆਲ ਓਵਰ ਇੰਡੀਆ ਦੇ ਵਿੱਚ ਬਾਏ ਨੇਮ ਤੋਂ ਸਾਡਾ ਜਿਹੜਾ ਹੈ ਲੋਕ ਹੈਂਡ ਟੂਲਸ ਪਰਚੇਸ ਕਰਦੇ ਹੈ ਕਸਟਮਰ ਕਹਿ ਕੇ ਮੰਗਦਾ ਕਿ ਸਾਨੂੰ ਪਾਈ ਦਾ ਸਕੂ ਡਰਾਈਵਰ ਚਾਹੀਦਾ ਜਾਂ ਵਾਰ ਦਾ ਸਾਨੂੰ ਸਕੂ ਡਰਾਈਵਰ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਤੁਹਾਡੇ ਨਾਲ ਦੱਸ ਦਈਏ ਕਿ ਅੱਜ ਅਸੀਂ ਪਹੁੰਚੇ ਲੁਧਿਆਣੇ ਵਾਰ ਹੈਂਡ ਟੂਲਸ ਦੇ ਬਾਰੇ ਦੱਸਣ ਜਾ ਰਹੇ ਹਾਂ ਅਤੇ ਆਈਏ ਉਹਨਾਂ ਨਾਲ ਗੱਲਬਾਤ ਕਰਾਉਂਦੇ ਮੇਰਾ ਨਾਮ ਵਿਕਾਸ ਹੈਗਲ ਹੈ ਮੈਂ ਵਾਰ ਹੈਂਡ ਟੂਲਸ ਤੋਂ ਪ੍ਰੈਜੈਂਟ ਕਰਦਾ ਅਸੀਂ ਡਿਫਰੈਂਟ ਟਾਈਪ ਆਫ ਟੂਲਸ ਬਣਾਉਂਦੇ ਹਾਂ ਜੋ ਕਿ ਆਲ ਓਵਰ ਇੰਡੀਆ 'ਤੇ ਐਕਸਪੋਰਟ ਕਰਦੇ ਹਾਂ ਅਤੇ ਸਾਡਾ ਟ੍ਰੇਡਮਾਰਕ ਬੇਸਿਕਲੀ ਪੈਰੈਂਟਲ ਪਾਈ ਹੈਂਡ ਟੂਲਸ ਹੈ ਜਿਹੜਾ ਕਿ ਅਸੀਂ ਗ੍ਰੈਂਡ ਫਾਦਰ ਦੇ ਟਾਈਮ ਦਾ ਚਲਾ ਰਹੇ ਹਾਂ ਅਤੇ ਪੈਰਲਲ ਜਿੱਦਾਂ ਜਿੱਦਾਂ ਜਨਰੇਸ਼ਨ ਗੈਪ ਤੁਹਾਨੂੰ ਪਤਾ ਵੱਧਦਾ ਅਤੇ ਅਸੀਂ ਇੱਕ ਬ੍ਰੈਂਡ VAR ਵਿਕਾਸ ਮੇਰਾ ਨਾਮ ਹੈ ਅਨਿਲ ਅਤੇ ਰਮਨ ਅਸੀਂ ਇੱਕ ਪੈਰੈਂਟਲ ਬ੍ਰੈਂਡ ਤੋਂ ਬਾਅਦ ਇੱਕ ਪੈਰਲਲ ਬ੍ਰੈਂਡ ਸਟਾਰਟ ਕੀਤਾ ਜਿਹੜਾ ਕਿ ਡੋਮੈਸਟਿਕ ਮਾਰਕੀਟ ਵਿੱਚ ਕਾਫੀ ਰਿਸਪੋਂਸ ਆ ਰਿਹਾ ਸਰ ਤੁਹਾਨੂੰ ਕਿੰਨੇ ਇਅਰਸ ਹੋ ਗਏ ਦੇਖੋ ਜੀ ਸਾਡਾ ਬੈਕਗਰਾਊਂਡ ਤਾਂ 1965 ਤੋਂ ਹੈ ਪਰ ਅਸੀਂ ਇਹ ਬ੍ਰੈਂਡ 2011 'ਚ ਸਟਾਰਟ ਕੀਤਾ ਸੀਗਾ ਅਤੇ ਜਿਹਦਾ ਕਿ 10 ਸਾਲ ਦੇ ਵਿੱਚ ਬਹੁਤ ਅੱਛਾ ਰਿਸਪੋਂਸ ਆ ਰਿਹਾ ਅਤੇ ਆਲ ਓਵਰ ਵਰਲਡ ਦੇ ਵਿੱਚ ਅਸੀਂ ਬਿਜ਼ਨਸ ਕਰ ਰਹੇ ਹਾਂ ਜਿੱਦਾਂ ਕਿ ਅੱਜ ਕੱਲ੍ਹ ਯੂਰਪ ਅਤੇ ਅਮੈਰੀਕਾ 'ਚ DIY ਕਿੱਟਸ ਚੱਲਦੀਆਂ ਉੱਦਾਂ ਹੀ ਹੁਣ ਇੰਡੀਅਨ ਜਿਹੜੀ ਮਾਰਕੀਟ ਹੈ ਬਹੁਤ ਡਰਾਸਟਿਕ ਚੇਂਜ ਆਈ ਹੈ ਜਦੋਂ ਦੀ ਮੋਦੀ ਗੌਰਮੈਂਟ ਆਈ ਹੈ ਤੁਸੀਂ ਦੇਖਿਆ ਕਿ ਅਵੇਅਰਨੈਸ ਬਹੁਤ ਆਲ ਓਵਰ ਵਰਲਡ ਦੇ ਵਿੱਚ ਆਪਣੀ ਇੰਡੀਆ ਦੀ ਬਹੁਤ ਜ਼ਿਆਦਾ ਮਤਲਬ ਐਫੀਸ਼ੈਂਸੀ ਵਧੀ ਹੈ ਪ੍ਰੋਡਕਸ਼ਨ ਵਾਈਜ਼ ਐਕਸਪੋਰਟ ਵੀ ਅੱਛੀ ਆਪਣੀ ਹੋ ਰਹੀ ਹੈ ਜਿਹਦੇ ਕਿ ਸਾਡੀ ਹੈਂਡ ਟੂਲ ਇੰਡਸਟਰੀ ਨੇ ਬਹੁਤ ਹੀ ਅੱਛਾ ਨਾਮ ਕਮਾਇਆ ਔਰ ਆਲ ਓਵਰ ਵਰਲਡ ਦੇ ਵਿੱਚ ਜਿੱਦਾਂ ਕਿ ਇੱਥੋਂ ਆਪ ਫੋਰਨ ਦੇ ਵਿੱਚ ਕੈਨੇਡਾ ਜਾਂ ਯੂਰਪ ਦੇ ਵਿੱਚ ਲੋਕ ਮਾਈਗ੍ਰੇਟ ਵੀ ਹੋ ਰਿਹਾ ਪਰ ਸਾਡੇ ਜਿਹੜੇ ਟੂਲਸ ਹੈ ਜਾਂ ਇੰਡਸਟਰੀ ਹੈ ਉਹ ਵੀ ਟੈਕਨੋਲੋਜੀ ਮਾਈਗ੍ਰੇਟ ਅਤੇ ਆਪਸ ਵਿੱਚ ਸ਼ੇਅਰ ਹੋ ਰਹੀ ਹੈ ਅਤੇ ਸਾਨੂੰ ਇਸ ਦਾ ਬਹੁਤ ਬੈਨੀਫਿਟ ਮਿਲ ਰਿਹਾ ਕਿ ਜਿਹੜੇ ਕਿ ਅਸੀਂ ਟੂਲ ਪਹਿਲੇ ਇੰਪੋਰਟ ਕਰਵਾਉਂਦੇ ਸੀਗੇ ਹੁਣ ਉਹ ਇੰਡੀਅਨ ਇੰਡਸਟਰੀ ਆਪਣੀ ਖੁਦ ਹੀ ਮੈਨੂਫੈਕਚਰਿੰਗ ਕਰ ਰਹੀ ਹੈ ਸਾਡੇ ਸਕੂ ਡਰਾਈਵਰਸ ਬਹੁਤ ਫੇਮਸ ਹੈ ਅਸੀਂ 400 ਅਬਵ ਸਾਈਜ਼ ਅਤੇ ਕਲਰਸ ਬਣਾਈਦੇ ਹੈ ਜਿਹਦਾ ਕਿ ਆਲ ਓਵਰ ਇੰਡੀਆ ਦੇ ਵਿੱਚ ਬਾਏ ਨੇਮ ਤੋਂ ਸਾਡਾ ਜਿਹੜਾ ਹੈ ਲੋਕ ਹੈਂਡ ਟੂਲਸ ਪਰਚੇਸ ਕਰਦੇ ਹੈ ਕਸਟਮਰ ਕਹਿ ਕੇ ਮੰਗਦਾ ਕਿ ਸਾਨੂੰ ਪਾਈ ਦਾ ਸਕੂ ਡਰਾਈਵਰ ਚਾਹੀਦਾ ਜਾਂ ਵਾਰ ਦਾ ਸਾਨੂੰ ਸਕੂ ਡਰਾਈਵਰ ਚਾਹੀਦਾ ਅਤੇ ਉਸ ਤੋਂ ਇਲਾਵਾ ਅਸੀਂ ਐਗਰੀਕਲਚਰ ਜਾਂ ਆਟੋਮੋਬਾਈਲ ਕੰਪੋਨੈਂਟਸ ਵਿੱਚ ਟੂਲਸ ਬਣਾਈਦੇ ਹੈ ਜਿਹੜੇ ਕਿ ਸਪੈਨਰਸ ਪਾਈਪ ਰੈਂਚ ਅਤੇ ਆਇਲ ਕੈਨ ਬਕਟਸ ਆਲ ਓਵਰ ਆਟੋਮੋਬਾਈਲ ਇੰਡਸਟਰੀ 'ਚ ਵੀ ਯੂਜ਼ ਹੁੰਦੇ ਆ ਮੋਸਟਲੀ ਪਬਲਿਕ ਸੋਚਦੀ ਹੈ ਕਿ ਐਗਜੀਬਿਸ਼ਨ ਕਸਟਮਰ ਸੇਲ ਵਾਸਤੇ ਲਗਾਉਂਦੇ ਆ ਬਹੁਤ ਹੀ ਮਤਲਬ ਇਹ ਇੱਕ ਮੁਕਾਲਤਾ ਹੈ ਕਿ ਭੁਲੇਖਾ ਹੈਗਾ ਕਿ ਐਗਜੀਬਿਸ਼ਨ ਸਿਰਫ ਸੇਲ ਵਾਸਤੇ ਨਹੀਂ ਹੁੰਦੀ ਐਗਜੀਬਿਸ਼ਨ ਡਿਫਰੈਂਟ ਟਾਈਪਸ ਆਫ ਅਵੇਅਰਨੈਸ ਪਬਲਿਕ ਨੂੰ ਮਿਲਦੀ ਹੈ ਕਸਟਮਰ ਨੂੰ ਮਿਲਦੀ ਹੈ ਹੁਣ ਇਗਜ਼ਾਮਪਲ ਹੈ ਕਿ ਤੁਸੀਂ ਕੋਈ ਮੰਨ ਲਓ ਚੀਜ਼ ਪਰਚੇਸ ਕਰ ਰਹੇ ਹੋ ਉਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਓਰੀਜਨਲ ਲੈ ਰਹੇ ਹੋ ਤੁਹਾਨੂੰ ਇੱਥੇ ਆ ਕੇ ਅਵੇਅਰਨੈਸ ਮਿਲਦੀ ਹੈ ਕੰਪਨੀ ਦੀ ਪੈਕਿੰਗਸ ਕਿੱਦਾਂ ਕਿਹੜੇ ਡੀਲਰ ਉਹਨੂੰ ਡਿਸਟ੍ਰੀਬਿਊਟ ਕਰਦੇ ਹੈ ਅਤੇ ਕਿਹੜੇ ਪ੍ਰੋਡਕਟ ਕਿੱਥੇ ਤੁਹਾਨੂੰ ਪਰਟੀਕੁਲਰ ਮਿਲਣਗੇ ਕਿ ਜਾਂ ਕੰਪਨੀ ਕਿਹੜਾ ਆਥੋਰਾਈਜ਼ ਕਰ ਰਹੀ ਹੈ ਉਸਦੀ ਅਵੇਅਰਨੈਸ ਵੀ ਮਿਲਦੀ ਹੈ ਅਤੇ ਸੈਕਿੰਡ ਮੇਨ ਮੋਟਿਵ ਹੁੰਦਾ ਟੈਕਨੋਲੋਜੀ ਅਡੋਪਟ ਕਰਨ ਵਾਸਤੇ ਤੁਹਾਨੂੰ ਐਗਜੀਬਿਸ਼ਨਸ ਲਾਉਣੀਆਂ ਪੈਂਦੀਆਂ ਜਿਸ ਦੇ ਨਾਲ ਕਿ ਤੁਹਾਡਾ ਸਾਰਾ ਸ਼ੇਅਰ ਹੁੰਦਾ ਕਿ ਅੱਜ ਦੀ ਡੇਟ 'ਚ ਰੋ ਮਟੀਰੀਅਲ ਕਿੱਥੋਂ ਪਰਚੇਜ਼ ਕਰਨਾ ਹੈ ਉਹਦੇ ਰੇਟਸ ਕਿੱਥੋਂ ਸਾਨੂੰ ਸਹੀ ਮਿਲਣਗੇ ਅਤੇ ਸਾਨੂੰ ਜੋ ਅਸੀਂ ਕੰਪੀਟ ਕਰਨਾ ਚਾਹੁੰਦੇ ਹਾਂ ਜਪਾਨ ਅਤੇ ਚਾਈਨਾ ਤਾਇਵਾਨ ਕੰਪਨੀਆਂ ਨਾਲ ਉਹ ਤੁਹਾਨੂੰ ਇੱਥੇ ਆ ਕੇ ਟੈਕਨੋਲੋਜੀ ਦੇਖ ਕੇ ਜਾਂ ਮੰਨ ਲਓ ਪਰਚੇਜ਼ ਕਰਕੇ ਰਿਲੀਫ ਮਿਲਦਾ ਜਦੋਂ ਵੀ ਅਸੀਂ ਪ੍ਰੋਡਕਟ ਵਧਾਏ ਹੈ ਇਹ ਸਿਰਫ ਕਮੈਂਟ ਅਤੇ ਪਬਲਿਕ ਦੇ ਰਿਲੇਸ਼ਨ ਵਾਲੀ ਮਤਲਬ ਹਰ ਈਅਰ ਜਦੋਂ ਅਸੀਂ ਪਾਰਟੀਸਪੇਟ ਕਰਦੇ ਹਾਂ ਸਾਨੂੰ ਪਬਲਿਕ ਹੀ ਬੋਲਦੀ ਹੈ ਸਾਨੂੰ ਇਹ ਟੂਲ ਚਾਹੀਦਾ ਅਤੇ ਅਸੀਂ ਉਹਦੇ 'ਤੇ ਵਰਕਿੰਗ ਕਰਦੇ ਹਾਂ ਆਫਟਰ ਐਗਜੀਬਿਸ਼ਨ ਆ ਸਾਡੀ ਟੀਮ ਪੂਰੀ ਜਿਹੜੀ ਸੇਲ ਟੀਮ ਹੈ ਅਤੇ ਜਿਹੜੀ ਅੰਦਰ ਟੂਰ ਰੂਮ ਦੀ ਸਾਡੀ ਡਿਵੈਲਪਮੈਂਟ ਦੀ ਟੀਮ ਹੈ ਉਹ ਬੈਠ ਕੇ ਮੀਟਿੰਗਸ ਕਰਦੀਆਂ ਕਿ ਸਾਨੂੰ ਕਸਟਮਰਸ ਨੇ ਕਿਹੜੀ ਡਿਮਾਂਡ ਕੀਤੀ ਹੈ ਅਸੀਂ ਟਰਾਈ ਕਰਦੇ ਹਾਂ ਨੈਕਸਟ ਐਗਜੀਬਿਸ਼ਨ 'ਚ ਉਹ ਚੀਜ਼ ਲਾਂਚ ਕਰੀਏ ਅਤੇ ਉਸਦਾ ਬੈਨੀਫਿਟ ਸਾਰੇ ਲੋਕਲ ਪਬਲਿਕ ਨੂੰ ਮਿਲੇ ਸਿੰਪਲੀ ਗੱਲ ਹੈ ਜਿੱਦਾਂ ਕਿ ਟੂਲਸ ਹੈ ਆਪਾਂ ਸਪੇਰੇ ਸਪੋਜ਼ ਕਰੋ ਸ਼ੋਪ ਓਪਨ ਕਰਦੇ ਹਾਂ
एक टूल्स अज की रेट से तुम पता है कि कॉस्टली बहुत हो रही है, डे बाय डे रॉ मटीरियल के रेट बढ़ रहे हैं। तो मोस्टली असी शॉपकीपर्स देखते हैं कि वो शाम को अपने वर्किंग तो बाद लेबर नाल लड़ रहे होंगे कि साढ़े जोड़े टूल्स है या औजार है वो मोस्टली या तो चोरी होंगे या तो गुम जाते हैं, तो क्वालिटी टूल्स कभी टुटते नहीं है। तो मोस्टली जी टूल्स की सेल है वो कस्टमर तो अगर पुछोगे तो तुम टूल क्यों परचेज कर रहे हो, उन्होंने फस्ट रीज़न यही होगा कि साढ़े टूल चोरी हो गए। अगर तुम टूल की पूरी सेफ्टी रखो तो मेरे हिसाब नाल तुहानू टूल्स जो क्वालिटी बन रही है टूल्स बार बार परचेज करन दी जरूरत ही नहीं पैगी। उस दे कारण असी टूल बॉक्स लॉन्च किया जिहदे विच शाम नू तुसी अपना टूल बॉक्स नू लॉक करके अपने गैरेज दे विच या अपने घर दे विच लॉक करके अपने टूल्स नू सेफ्टी फीचर ना रख सकते हो। देखो कोई भी मैनुफैक्चरर है वो चाहता है वो कस्टमर घट्टो घट रेट मिले पर क्वालिटी अच्छी मिले। सेम मोटिव साडा है, साडी कंपनी वार टूल्स एदे ते ही काम करती है कि उन्हों होर कंपनीज नालों बेस्ट क्वालिटी ते बेस्ट रेट्स ते माल अवेलेबल होवे जिहदी की वर्किंग असी लास्ट 10 ईयर्स तो कर रहे हैं।